ang laging mababa natin. Now then, gandulo ko men at ang gacho ko men. Swalde mo rin kwa sa raya na Pakistan na favorite channel. Pakistan chupin maharaw rin kwa na favorite program. Ayaw maja chumot sumari. Chad amid bare pisi. Kuj jyan te karo sonan ja raha hai. Jadu londa molla jalla yal puri ne. Jam lai ke jaya amid di maa de. Juh sab ka jav na de kabande de na. Afi jaga na jaya chabang san te ho ho vathe. ਉਹਦੇ ਤੋਂ ਕਾਫੀ ਕੁਰਸੀ ਕਾਸੀ ਹੋਈ ਆਪਣੀ ਪੜਵਾਈ ਅਤੇ ਇਸ ਤਰ੍ਹਾਂ ਜਾਇ ਸਮੀਤ ਅਸਲੀ ਤੋਂ ਜਿਸ ਤੱਕ ਜਾ ਹੈ ਇਹ ਤਹਿਕੀਕ ਕਰਨ ਤਹਿਕੀਕਾਤ ਕਰਨ ਦੇ ਲਈ ਜਦੋਂ ਅਸੀਂ ਕਰਾਚੀ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਗਏ ਤਾਂ ਉੱਥੇ ਰਿਕਾਰਡ ਕਰਾਇਆ ਕਢਾਇਆ ਗਿਆ ਪੁਰਾਣਾ 1967 ਜਿੱਥੇ ਲੌਂਡਾ ਨੱਟਾ ਖਾਨ ਜੀ ਅਲੀ ਮਲਿਕ ਅਲੀ ਨਲੀ ਐਸਾ ਚਾਹੁੰਦੇ ਸੀ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਜਾਇ ਸਮੀਤ ਦੀ ਮਾਂ ਨੂਰਬਾਨ ਨੂੰ ਘੁੱਸੀ ਡੱਟੀ ਅਤੇ ਜਿਹੜਾ ਜਸਪ ਪਿਆਸ ਸੀ ਇਹਨਾਂ ਦੋਨਾਂ ਨੂੰ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਇੱਕ ਰੈਡ ਲਾਈਟ ਹੋਟਲ ਦੇ ਵਿੱਚ ਫੜਾਇਆ ਗਿਆ ਸੀ ਜਿੱਥੇ ਕਿ ਦੋਨੇ ਨੰਗੇ ਸਨ ਅਤੇ ਜਦਮੀਤ ਦੀ ਮਾਂ ਥੱਲੇ ਪਈ ਸੀ ਜਿਸ ਨੂੰ ਪੰਜਾਬ ਤੋਂ ਕੱਤੇ ਮਾਰਿਆ ਸੀ ਅਤੇ ਜਦਮੀਤ ਨੂੰ ਪੰਜਾਬ ਕੀ ਹੈ ਜਦਮੀਤ ਤਸਲੀ ਤੇ ਉਹ ਹੈ ਬਾਕੀ ਇਹਦੇ ਬਾਰੇ ਮੈਂ ਤੁਹਾਨੂੰ ਹੋਰ ਵਿਸਤਾਰ ਨਾਲ ਦੱਸਦਾ ਇਹ ਵੀ ਅਸਲੀ ਕਹਾਣੀ ਕੀ ਸੀ ਸਭ ਤੋਂ ਪਹਿਲਾਂ ਜੇ ਇਹਦੇ ਜਦਮੀਤ ਦੇ ਫੈਕਟਰ ਦਾ ਨਿਗਾਹ ਮਾਰੀ ਜਾਵੇ ਤਾਂ ਇਹ ਵੀ ਆਪਣੇ ਬੜੇ ਵਾਂਗ ਲਾਲ ਟੋਪੀ ਲੈਂਦਾ ਹੈ ਜਿਸ ਪੰਜਾਬੀ ਲਾਲ ਟੋਪੀ ਲੈਂਦਾ ਸੀ ਜਿਸ ਨੂੰ ਪੰਜਾਬ ਦੀ ਘਰ ਵਾਲੀ ਮਤਲਬ ਜਦਮੀਤ ਦੀ ਮਾਂ ਲਾਲ ਕੱਛੀ ਪਾਉਂਦੀ ਸੀ ਇਹ ਵੀ ਲਾਲ ਕੱਛਾ ਪਾਉਂਦਾ ਹੈ ਜਦਮੀਤ ਦੀ ਮਾਂ ਦੀ ਖੁਦੀ ਕਾਲੀ ਸੀ ਅਤੇ ਜਦਮੀਤ ਦਾ ਦਿਲ ਪੂਰੀ ਤਰ੍ਹਾਂ ਕਾਲਾ ਹੈ ਜਦਮੀਤ ਦੀ ਮਾਂ ਦੀ ਖੁਦੀ ਬਾਦਸ਼ਾਹ ਨੇ ਯੂਸਫ ਪੰਜਾਬ ਨੇ ਉੱਥੋਂ ਬਹੁਤ ਸੀਨੀਅਰ ਨੂੰ ਗਵਾਈ ਬਹੁਤ ਸੀਨੀਅਰ ਨੇ ਜਦਮੀਤ ਦੀ ਮਾਂ ਦੀ ਖੁਦੀ ਮਾਰੀ ਤਾਂ ਯੂਸਫ ਪੰਜਾਬ ਨੂੰ ਜੇਲ ਚ ਕਰਾਤਾ ਉੱਥੇ ਤੱਕ ਜਦਮੀਤ ਦੀ ਮਾਂ ਦੀ ਖੁਦੀ ਜੋ ਯੂਸਫ ਪੰਜਾਬ ਨੇ ਪਾਕਿਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦਵਾਈ ਤਾਂ ਨਵਾਜ਼ ਸ਼ਰੀਫ ਨੂੰ ਉਹਦੀ ਖੁਦੀ ਵਧੀਆ ਲੱਗੀ ਸੀ ਜਦਮੀਤ ਦੀ ਮਾਂ ਜਦੋਂ ਬੇਨਜ਼ੀਰ ਪਟਰੋਲ ਆਪਣੀ ਖੁਦੀ ਚੱਕਰਾਂ ਨੂੰ ਵੀ ਤਾਂ ਬੇਨਜ਼ੀਰ ਨੇ ਕਿਹਾ ਕਿ ਯੂਸਫ ਪੰਜਾਬ ਨੇ ਤਾਂ ਤੇਰੀ ਖੁਦੀ ਜਗ੍ਹਾ ਪਾ ਦਿੱਤੀ ਹੈ ਇਸ ਕਰਕੇ ਜਿਸ ਨੂੰ ਪੰਜਾਬ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਸ ਨੂੰ ਪੰਜਾਬ ਨੂੰ ਜੇਲ੍ਹ ਵਿੱਚ ਤੱਕ ਕੇ ਉਹਦੀ ਮੁੰਡ ਕੁੱਟੀ ਗਈ ਅਤੇ ਉਹਦੇ ਬੰਨਾ ਚੜਿਆ ਗਿਆ ਜੇਲ੍ਹ ਦੇ ਵਿੱਚ ਉਹਦੀ ਮੁੰਡ ਕੁੱਟੀ ਗਈ ਜਿਸ ਪੰਜਾਬ ਦੀ ਜਾਣੀ ਕਿ ਜਦਮੀਤ ਦੇ ਬੜੇ ਦੀ ਮੁੰਡ ਕੁੱਟੀ ਗਈ ਅਤੇ ਯੂਸਫ ਪੰਜਾਬ ਨੂੰ ਮਰਵਾ ਦਿੱਤਾ ਗਿਆ ਇਹਦੇ ਪਿੱਛੇ ਹਕੀਕਤ ਆ ਇਹ ਅਲੀ ਹਾਲਾਤ ਬਣੇ ਨੇ ਇਹ ਸੱਚ ਨਿਕਲਿਆ ਆ ਜਦਮੀਤ ਲੌਂਡਾ ਗੱਲਾ ਹੈ ਅਫਗਾਨਿਸਤਾਨ ਚ ਆਪਣੀ ਭੈਣਾਂ ਦੇ ਸੌਦੇ ਕਰਦਾ ਹੈ ਮੁਲਤਾਨ ਦੀ ਕੁੜੀਆਂ ਮੌਲਵੀਆਂ ਦੇ ਲੈਣਾ ਤੋਂ ਛੁਡਾਉਂਦਾ ਹੈ ਮੌਲਵੀ ਦੀ ਜਿਹੜੀਆਂ ਕੁੜੀਆਂ ਮੁੱਠ ਮਾਰਦੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਇੰਡੀਅਨ ਆਰਮੀ ਦੀ ਮੁੱਠ ਮਾਰਨ ਨੂੰ ਕਹਿੰਦਾ ਹੈ ਕਸ਼ਮੀਰ ਦੇ ਵਿੱਚ ਜਦਮੀਤ ਕੁੜੀਆਂ ਲੈ ਕੇ ਜਾਂਦਾ ਹੈ ਪਾਕਿਸਤਾਨ ਦੀਆਂ ਤੇ ਉਹ ਉੱਥੇ ਇੰਡੀਅਨ ਆਰਮੀ ਦੇ ਲੈਣਾ ਦੀ ਚੁੱਪੇ ਮਾਰਦੀਆਂ ਨੇ ਇਹ ਜਦਮੀਤ ਦੀ ਅਸੀਅਤ ਆ ਇਹ ਭੈਣ ਦਾ ਲੋੜਾ ਹੈ ਗੱਲਾ ਹੈ ਇਹਦੀ ਮਾਂ ਦੀ ਖੁਦੀ ਦੀ ਜਿੰਨੀ ਸਿਫਤ ਕਰਾਂ ਉਨੀ ਘੱਟ ਹੈ ਬਾਕੀ ਤੁਹਾਡੀ ਮਰਜ਼ੀ ਅੱਲਾਹ ਦੀ ਮਾਂ ਬਾਪ ਦਾ ਨਾਂ ਤੇ